ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਬਾਈ ਜਵਾਦ ਹੈਦਰ ਖੁਸ਼ਾਬ ਵਾਲਾ ਜੱਟ ਮਹਿਕਮਾ। ਜਿਵੇਂ ਸਾਰਿਆਂ ਦੋਸਤਾਂ ਨੂੰ ਪਤਾ ਸੀ ਕਿ 20 ਤਰੀਕ ਨੂੰ ਮੈਚ ਹੋਣਾ ਗੋਂਦਲ ਸਟੇਡੀਅਮ ਵਿੱਚ, ਜਿਹੜਾ ਅਮੈਰੀਕਾ 'ਚੋਂ ਗੋਰਾ ਆ ਰਿਹਾ। ਗੋਰਾ ਜਿਹੜਾ ਪੂਰੀ ਦੁਨੀਆ ਦਾ ਤਾਕਤਵਰ ਇੱਕ ਬੰਦਾ ਵੇ, ਅਤੇ ਗੋਂਦਲ ਸਟੇਡੀਅਮ ਵਿੱਚ ਜਿਹੜਾ ਮੈਚ ਅਸਾਂ ਕਰ ਛੱਡਿਆ ਕੈਂਸਲ। ਕੈਂਸਲ ਇਹਦੀ ਵਜ੍ਹਾ ਤੋਂ ਕੀਤਾ ਕਿ ਬਾਰਿਸ਼ ਹੋਈ, ਗਰਾਊਂਡ ਹੋ ਗਿਆ ਗਿੱਲਾ, ਕਿਉਂ ਸਾਡੇ ਕੋਲ ਅਮਾਮ ਆਉਂਦੀ ਜ਼ਿਆਦਾ। ਅਸਾਂ ਉਹਦੀ ਵਜ੍ਹਾ ਤੋਂ ਆਖਿਆ ਕਿ ਇੱਥੇ ਅਮਾਮ ਜਿਹੜੀ ਨਹੀਂ ਨਹੀਂ ਮਿਲਣੀ, ਕਿ ਤਾਂ ਕੁਤੋਂ ਜਿਹੜੇ ਬੱਦਲ ਅਜੇ ਤੱਕ ਵੀ ਬਾਰਿਸ਼ ਹੋ ਰਹੀਆਂ ਹਨ। ਤੁਸੀਂ ਵੇਖ ਰਹੇ ਹੋ ਵਿੱਚ ਵੀਡੀਓ, ਜਿਹਦੇ ਵੀ ਬੱਦਲ ਜਿਹੜੇ ਨੇ ਮੰਡ ਕੱਢੀ ਵਧਦੇ। ਅਤੇ ਮੇਲਾ ਕਰਾ ਰਿਹਾ ਵਾਸਿਫ ਜੱਟ ਗੁਜਰਾਤ ਵਾਲਾ, ਹਾਲ ਮਕੀਮ ਜਰਮਨੀ। ਅਤੇ ਉਸ ਮੈਨੂੰ ਵੀ ਦਾਵਾ ਦਿੱਤੀ ਖੁਸ਼ਾਬ ਵਾਲਾ ਬਾਈ ਡਾਇਰੈਕਟਰ ਡਾਕ, ਇਨਸ਼ਾਅੱਲਾ ਮੈਨੂੰ ਬੜੀ ਖੁਸ਼ੀ ਹੋਈ ਕਿ ਬਰਾ ਮੈਨੇ ਇਸ ਕਾਬਿਲ ਸਮਝਿਆ, ਮੈਂ ਵੀ ਆ ਰਿਹਾ ਉੱਥੇ। ਇਨਸ਼ਾਅੱਲਾ ਜਿਹੜੀ ਨਹੀਂ ਪੂਰੀ ਗੋਰੇ ਦੀ ਜਿਹੜੀ ਸਾਰੀ ਗੇਮ ਵਿਖਾਂ। ਚਾਹਦੇ ਭੈਣ ਜੀ, ਗੋਰੇ ਨਾਲ ਕਬੱਡੀ ਵਾਲਾ ਬੰਦਾ ਕੋਈ ਨਹੀਂ ਲੱਭਦਾ ਪਿਆ, ਕਬੱਡੀ ਮੈਂ ਖੇਡਦਾ। ਹਾਰ ਜੀ ਦੀ ਗੇਮ ਦੇ ਇੱਥੇ ਵਿਓ ਵੇਖੋ, ਇਤਨਾ ਦੂਰੋਂ ਆ ਰਿਹਾ, ਅਤੇ ਕਬੱਡੀ ਜਿਹੜੀ ਮੈਂ ਖੇਡਦਾ ਗੋਰੇ ਨਾਲ, ਇਨਸ਼ਾਅੱਲਾ ਜੱਫਾ ਕਰੇ ਤਾਂ। ਅਤੇ ਬਾਕੀ ਜੇ ਉੱਤੇ ਆ ਰਿਹਾ ਜੀ ਪਠਾਨ ਵੀ, ਉਹ ਸ਼ਾਹਪੁਰ ਵਾਲਾ ਜਿਹੜਾ ਵੇਟ 'ਚ ਆਉਂਦਾ, ਅਤੇ ਕਾਫੀ ਜਿਹੜੇ ਦੋਸਤ ਬਿਰਾਏ ਉਹ ਆ ਰਹੇ ਹਨ। ਅਤੇ ਗੋਰੇ ਦੀ ਇਹ ਖੁਆਇਸ਼ ਆਈ ਕਿ ਬਾਈ ਜਿਹੜਾ ਨਹੀਂ ਬਿਲਾਲ ਦੀ, ਮੈਂ ਵੇਖੀ ਵੀਡੀਓ ਬਿਲਾਲ ਵੜਿਆ ਗੁਜਰਾਤ ਵਾਲੇ ਦੀ, ਬਾਈ ਉਹ ਜਿਹੜਾ ਮੁੜੇ ਪੱਥਰ ਨਹੀਂ ਚੁੱਕਿਆ, ਉਹਦਾ ਪੱਥਰ ਮੈਂ ਚੁੱਕਣਾ। ਅਤੇ ਕੱਲ੍ਹ ਉਹ ਆ ਰਿਹਾ ਬਿਲਾਲ ਦੇ ਕੋਲ ਹੀ, ਉੱਥੇ ਸਾਰੇ ਦੋਸਤ ਆ ਉਹ ਮੰਡੀ ਗੁਜਰਾਤ, ਅਤੇ ਇਨਸ਼ਾਅੱਲਾ ਮੇਲੇ ਦੀਆਂ ਰੌਣਕਾਂ ਲਾਈਏ। ਅਤੇ ਬਾਕੀ ਸਾਡੇ ਤਾਂ ਇਹ ਮਕਸਦ ਹੀ ਹੈ, ਭਾਵੇਂ ਚਾਹੇ ਜਿਹੜੀ ਗੇਮ ਹੋਵੇ, ਫੁੱਟਬਾਲ ਦੀ ਹੋਵੇ, ਕ੍ਰਿਕਟ ਦੀ ਹੋਵੇ, ਅਤੇ ਵਾਲੀਬਾਲ ਦੀ ਹੋਵੇ, ਕਬੱਡੀ ਹੋਵੇ, ਅਸਾਂ ਗੇਮਾਂ ਨੂੰ ਪ੍ਰਮੋਟ ਕਰਨਾ, ਤੁਨਕ ਕਰਨਾ, ਭਾਵੇਂ ਪਾਕਿਸਤਾਨ ਹੋਵੇ, ਭਾਵੇਂ ਪੂਰਾ ਪੰਜਾਬ, ਭਾਵੇਂ ਯੂਰਪ ਹੋਵੇ। ਅਤੇ ਆਓ ਮਾਊ ਨੇ ਉੱਥੇ ਜੁੜਦੇ ਹਾਂ, ਨਾਲੇ ਬਣਸਾਈਆਂ ਵੀਡੀਓ, ਨਾਲੇ ਬਣਸਾਈਆਂ ਸੈਲਫੀਆਂ, ਅਤੇ ਨਾਲ ਨਾਲੇ ਲਸਾਈਆਂ ਗੱਪਾਂ ਅਤੇ ਦੜੱਪਾਂ। ਲਵ ਯੂ ਗਾਇਜ਼ ਸਾਰਿਆਂ ਨੂੰ।